बिस्मिल्लाहिर्रहमानिर्रहीम अस्सलाम वालेकुम दोस्तों, मैं उम्मीद करना कि तुसी खरीयत ना होगे। तो आओ आज दी वीडियो करने आ शुरू। बिस्मिल्लाहिर्रहमान लो जी, पीटर स्टार्ट नहीं हो रहा। काफ़ी ज़्यादा गेड़े लाए ने और तेल जोड़ा वह भी मैं पाया, डीजल लिया के मोबलैल भी पूरा है, लेकिन फिर भी स्टार्ट नहीं हो रहा। जी सूँ गेड़ा लाने एक दो जे अल्लाह करे तो स्टार्ट हो जाए। सब्जियों में पानी नहीं पाने माशाल्लाह चल गया भाई, अल्हम्दुलिल्लाह जी। काफ़ी कोशिश तो बाद पीटर जोड़ा वो स्टार्ट हो गया, क्योंकि समान नया पाया था इस वास्ते थोड़ा जहा टाइम लिया, लेकिन स्टार्ट हो गया। और हूँ टाइम थोड़ा साग न और पालक न पानी लगाना ही, लेकिन टाइम थोड़ा सब तो पहले हूँ शक्करगंदी को पानी लगाना। माशाअल्लाह जी, शक्करगंदी नूं मत्ती जिहड़ी आ तुहाडे भाई ने लगा दित्ती है गोड्डी करके, और शक्करगंदी ने जनाब अपनियां बेलां जिहड़ियां ने ओह छड़नियां शुरू कर दित्तियां ने। माशाअल्लाह तुसीं देख सकदे हो किहड़ी किहड़ी लंबी बेल होंदी है।
ਅਲਹਮਦੁਲਿਲਾ ਜੀ ਸ਼ਕਰਗੰਨੀ ਨੂੰ ਪਾਣੀ ਵੀ ਲੱਗ ਗਿਆ ਔਰ ਸ਼ਾਮ ਦੀ ਅਜ਼ਾਨ ਵੀ ਹੋਣ ਲੱਗ ਪਈ ਹੈ। ਟੀਟਰ ਬੰਦ ਕਰਨੇ ਆ ਔਰ ਨਮਾਜ਼ ਮਗਰਬ ਅਦਾ ਕਰਨੇ ਆ, ਬਾਕੀ ਸਬਜ਼ੀਆਂ ਨੂੰ ਸੁਬਹ ਪਾਣੀ ਲਾਇਆ ਗਿਆ। ਕੱਲ੍ਹ ਅਸੀਂ ਹੋ ਗਏ ਹਾਂ ਲੇਟ ਔਰ ਅੱਜ ਦੁਬਾਰਾ ਤੋਂ ਟੀਟਰ ਸਟਾਰਟ ਕਰਾਂਗੇ, ਕਿਉਂਕਿ ਪਾਲਕ ਨੂੰ ਔਰ ਸਾਗ ਨੂੰ ਪਾਣੀ ਲਗਾਉਣਾ। ਰਾਤ ਦਾ ਮਾਸ਼ਾਅੱਲਾ ਜੀ ਸ਼ਕਰਗੰਦੀ ਜਿਹੜੀ ਹੈ ਉਹਨੂੰ ਅਸੀਂ ਪਾਣੀ ਲਗਾ ਦਿੱਤੇ ਦਾ ਔਰ ਤੁਸੀਂ ਸ਼ਕਰਗੰਦੀ ਦਾ ਰੰਗ ਤੁਸੀਂ ਦੇਖ ਸਕਦੇ ਹੋ, ਮਾਸ਼ਾਅੱਲਾ ਕਿੰਨਾ ਹਰਾ ਭਰਾ ਹੋ ਗਿਆ। ਪਾਣੀ ਜਿਹੜਾ ਨਾ ਉਹਨੇ ਜਾਨ ਪਾ ਦਿੱਤੀ ਹੈ ਮਾਸ਼ਾਅੱਲਾ। ਜਨਾਬ ਹੁਣ ਦੁਬਾਰਾ ਤੋਂ ਟੀਟਰ ਸਟਾਰਟ ਕਰਨੇ ਆ, ਅੱਲਾ ਕਰੇ ਟੀਟਰ ਸਟਾਰਟ ਹੋ ਜਾਵੇ, ਕਿਉਂਕਿ ਕੱਲ੍ਹ ਤਾਂ ਕਾਫੀ ਮੁਸ਼ਕਿਲ ਸਟਾਰਟ ਹੋਇਆ। ਟੀਟਰ ਸਟਾਰਟ ਹੋ ਗਿਆ ਮਾਸ਼ਾਅੱਲਾ, ਜਲਦੀ ਆ ਅੱਜ ਔਰ ਮਾਸ਼ਾਅੱਲਾ ਜੀ ਤੋਰੀਆਂ, ਮਾਸ਼ਾਅੱਲਾ ਚੈੱਕ ਕਰੋ ਤੁਸੀਂ। ਲੋ ਜੀ ਪਾਲਕ ਨੂੰ ਅਸੀਂ ਕਰਾਂਗੇ ਫਲੱਡ, ਕਿਉਂਕਿ ਪਾਲਕ ਸਾਡੀ ਜ਼ਰਾ ਥੋੜ੍ਹੀ ਜਿਹੀ ਛੋਟੀ ਹੈ, ਇਸ ਤਰ੍ਹਾਂ ਖਾਦ ਮਾਰਾਂਗੇ ਅਤੇ ਪਾਲਕ ਜਿਹੜੀ ਆ ਉਹ ਸੜ ਜਾਏਗੀ, ਉਹਦੇ ਪੱਤੇ ਖਰਾਬ ਹੋ ਜਾਣਗੇ ਔਰ ਪਾਣੀ ਦੇ ਨਾਲ ਅਸੀਂ ਇਹਨੂੰ ਫਲੱਡ ਕਰਾਂਗੇ। ਕੁਛ ਅਸੀਂ ਲਈ ਜਾਈਏ ਯੂਰੀਆ ਖਾਦ, ਕੁਛ ਅਸੀਂ ਥੋੜ੍ਹਾ ਜਿਹਾ ਸਲਫਰ ਡਾਲ ਲਉਂਗੇ। ਔਰ ਪਾਣੀ ਪਹੁੰਚਣ ਤੋਂ ਪਹਿਲੇ ਇਹਦੇ ਵਿੱਚ ਭਰ ਕੇ ਅਤੇ ਇਹਨੂੰ ਅੱਛੀ ਤਰ੍ਹਾਂ ਹੱਲ ਕਰ ਲਵਾਂਗੇ ਤਾਂ ਕਿ ਪਾਣੀ ਸਾਡਾ ਇੱਥੇ ਪਹੁੰਚੇ ਔਰ ਅਸੀਂ ਫਿਰ ਇਹਨੂੰ ਇੱਥੋਂ ਜਿਹੜਾ ਨਾ ਇਹ ਵਾਲ ਲੱਗਾ ਤਾਂ ਇੱਥੋਂ ਖੋਲ੍ਹ ਦਈਏ ਔਰ ਜਲਦੀ ਨਾਲ ਪਾਣੀ ਜਿਹੜਾ ਨਾ ਇਹਦੇ 'ਚ ਭਰ ਲੈਂਦੇ। ਲਓ ਜੀ ਪਾਲਕ ਨੂੰ ਅਸੀਂ ਇੱਕ ਨਵਾਂ ਫਾਰਮੂਲਾ ਲਾ ਲੈਂਦੇ ਹਾਂ। ਵੈਸੇ ਤਾਂ ਫਾਰਮੂਲਾ ਪਹਿਲੇ ਵੀ ਲਗਾ ਚੁੱਕੇ ਹੋਣੇ ਨੇ ਕਿਸਾਨ ਭਾਈ, ਲੇਕਿਨ ਮੈਂ ਪਹਿਲੀ ਦਫ਼ਾ ਲਗਾਉਣ ਲੱਗਾ ਅਤੇ ਮੇਰੇ ਵਾਸਤੇ ਤਾਂ ਨਵਾਂ ਹੀ ਫਾਰਮੂਲਾ ਹੈ। ਪਾਣੀ ਖੇਤ 'ਚ ਆਉਣਾ ਸ਼ੁਰੂ ਹੋ ਗਿਆ ਔਰ ਇੱਥੋਂ ਜਨਾਬ ਥੋੜ੍ਹਾ ਜਿਹਾ ਜਿਹੜਾ ਵਾਲ ਹਨ ਉਹ ਖੋਲ੍ਹ ਦਾਂਗੇ ਤਾਂ ਕਿ ਇਹ ਜਿਹੜੀ ਖਾਦ ਅਤੇ ਸਲਫਰ ਹਨ ਇਹ ਪਾਣੀ ਦੇ ਨਾਲ ਹੱਲ ਹੋ ਕੇ ਅਤੇ ਖੇਤ ਦੇ ਵਿੱਚ ਜਾਏ ਔਰ ਜਿੰਨੇ ਵੀ ਹੈ ਜਨਾਬ ਪਾਲਕ ਦੇ ਪੌਦੇ ਨੇ
ਉਹਨਾਂ ਨੂੰ ਇਹਦਾ ਅਸਰ ਹੋ ਜੇ। ਕੋਈ ਕੋਈ ਜੜੀ ਬੂਟੀ ਜਿਹੜੀ ਹੈ ਨਾ ਵਿੱਚ ਵਿੱਚ ਰਹਿ ਗਈ ਦੀ ਹੈ, ਤੋ ਉਹ ਨਾਲ ਨਾਲ ਮੈਂ ਕੱਢ ਰਿਹਾ। ਅਲਹਮਦੁਲਿਲਾ ਜੀ, ਸਾਰੀ ਪਾਲਕ ਨੂੰ ਪਾਣੀ ਲੱਗ ਚੁੱਕਾ। ਫਾਰਮੂਲਾ ਸਲਫਰ ਔਰ ਖਾਦ ਦਾ ਡਾਲਿਆ ਸੀ, ਉਹ ਵੀ ਮਾਸ਼ਾਅੱਲਾ ਸਾਰੇ ਖੇਤ ਦੇ ਵਿੱਚ ਹੱਲ ਹੋ ਚੁੱਕਿਆ। ਮਾਸ਼ਾਅੱਲਾ ਟੱਪ ਜਿਹੜਾ ਸਾਡਾ ਖਾਲੀ ਹੋ ਗਿਆ ਔਰ ਸਾਰਾ ਜਿਹੜਾ ਨਾ ਉਹ ਖੇਤ ਦੇ ਵਿੱਚ ਮਾਸ਼ਾਅੱਲਾ ਹੱਲ ਹੋ ਚੁੱਕਿਆ। ਮਾਸ਼ਾਅੱਲਾ, ਉਮੀਦ ਹੈ ਕਿ ਪਾਲਕ ਸਾਡੀ ਜਿਹੜੀ ਆ ਉਹ ਬੜੀ ਹੋਏਗੀ ਇਨਸ਼ਾਅੱਲਾ। ਲੋ ਜੀ, ਹੁਣ ਵਾਰੀ ਹੈ ਸਾਗ ਦੀ। ਸਾਗ ਨੂੰ ਪਾਣੀ ਲਗਾਉਣਾ ਔਰ ਉਹਨੂੰ ਵੀ ਇਨਸ਼ਾਅੱਲਾ ਫਲੱਡ ਕਰਨਾ। ਅਤੇ ਡਰੰਮੀ ਜਿਹੜੀ ਆ ਉਹ ਮੈਂ ਚੁੱਕ ਕੇ ਲੈ ਕੇ ਜਾ ਰਿਹਾ। ਔਰ ਪੀਟਰ ਜਿਹੜਾ ਉਹ ਮੈਂ ਬੰਦ ਕਰ ਲਿਆ, ਕਿਉਂਕਿ ਇੱਕ ਤਾਂ ਨੱਕਾ ਬਣਨਾ, ਦੂਸਰੇ ਨੰਬਰ 'ਤੇ ਖਾਦ ਸਾਹ ਜਿਹੜੀ ਆ ਉਹ ਹੱਲ ਕਰਨੀ ਹੈ। ਲੋ ਜੀ, ਅਲਹਮਦੁਲਿਲਾ ਡਰੰਮੀ ਫਿੱਟ ਕਰ ਲਈ ਹੈ ਤੁਹਾਡੇ ਬਾਈ ਨੇ। ਹੁਣ ਵਿੱਚ ਨਾ ਸਲਫਰ ਸੁੱਟ ਲਾਂਗੇ ਜਿਹੜਾ ਬੱਚੇ ਦਾ, ਹੋਰ ਹੈ ਥੋੜ੍ਹੀ ਜਿਹੀ ਖਾਦ ਹੈ ਪਾ ਲਾਂਗੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਸਾਗ ਨੂੰ ਪਾਣੀ ਲੱਗਣਾ ਸ਼ੁਰੂ ਹੋ ਗਿਆ। ਔਰ ਇੱਧਰ ਜਨਾਬ ਅਸੀਂ ਬਾਲ ਖੋਲ ਦਿੱਤਾ, ਨਾਲ ਨਾਲ ਫਲੱਡ ਹੋਣਾ ਸ਼ੁਰੂ ਹੋ ਗਿਆ। ਜਿਹੜੀ ਖਾਦ ਅਤੇ ਸਲਫਰ ਮਿਕਸ ਕੀਤੀ ਸੀ ਨਾ ਉਹ ਨਾਲ ਨਾਲ ਪਾਣੀ ਦੇ ਵਿੱਚ ਜਨਾਬ ਹੱਲ ਹੋ ਕੇ ਜਿਹੜੀ ਹੈ ਨਾ
ਔਰ ਸਰਸੋਂ ਦੇ ਖੇਤ 'ਚ ਸਾਗ ਦੇ ਖੇਤ 'ਚ ਜਾਣੀ ਸ਼ੁਰੂ ਹੋ ਗਈ ਅਲਹਮਦੁਲਿਲਾ। ਦੇਖੋ ਜੀ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਾਣੀ ਜਿਹੜਾ ਉਹ ਜ਼ਾਇਆ ਨਾ ਹੋਵੇ, ਕਿਉਂਕਿ ਇਹਦੇ ਵਿੱਚ ਜਨਾਬ ਸਲਫਰ ਖਾਦ ਮਿਕਸ ਹੋ ਕੇ ਆ ਰਹੀ ਹੈ। ਅਗਰ ਪਾਣੀ ਜ਼ਾਇਆ ਹੋਏਗਾ ਤਾਂ ਫਿਰ ਤੁਹਾਡਾ ਨੁਕਸਾਨ ਹੋਏਗਾ। ਇਸ ਵਾਸਤੇ ਕੋਸ਼ਿਸ਼ ਕਰਨੀ ਹੈ ਕਿ ਪਾਣੀ ਜ਼ਾਇਆ ਨਾ ਹੋਵੇ, ਸਾਰਾ ਦਾ ਸਾਰਾ ਪਾਣੀ ਖਾਲ ਦੇ ਵਿੱਚ ਜਿਹੜਾ ਖਾਲੇ 'ਚੋਂ ਸਿੱਧਾ ਤੁਹਾਡੀ ਪੈਲੀ 'ਚ ਜਾਏ। ਔਰ ਮਾਸ਼ਾਅੱਲਾ ਬੜਾ ਜ਼ਬਰਦਸਤ ਪਾਣੀ ਜਾ ਰਿਹਾ ਜੀ, ਖਾਦ ਹੱਲ ਹੋ ਜਾ ਰਹੀ ਹੈ। ਲਓ ਜੀ, ਅਲਹਮਦੁਲਿਲਾ ਸਾਗ ਨੂੰ ਵੀ ਪਾਣੀ ਤਕਰੀਬਨ ਲੱਗ ਚੁੱਕਾ ਹੈ। ਲਾਸਟ ਵਾਲਾ ਕਿਆਰਾ ਰਹਿ ਗਿਆ, ਬਾਕੀ ਸਾਰੇ ਪਿੱਛੇ ਪਾਣੀ ਮਾਸ਼ਾਅੱਲਾ ਲੱਗ ਚੁੱਕਾ ਹੈ।